ਮਾਪੇ ਤੇ ਹੁਸਨ ਜਵਾਨੀ ਮੁੜ ਕੇ ਨਾ ਆਉਂਦੇ ਬਈ ਹੋਏ। ਮਾਪੇ ਤੇ ਹੁਸਨ ਜਵਾਨੀ ਮੁੜ ਕੇ ਕਦੇ ਨਹੀਂ ਆਉਂਦੇ ਹੈਗੇ ਜੀ। ਜੇ ਇਹ ਸਮਾਂ ਹੁੰਦਾ ਹੈ ਇੱਕ ਸਮਾਂ, ਜੇ ਆਪਾਂ ਉਹਨੂੰ ਸਹੀ ਢੰਗ ਨਾਲ ਕੀ ਵਰਤੀਏ ਤਾਂ ਵਧੀਆ, ਨਹੀਂ ਜੇ ਲੰਘ ਗਿਆ ਤਾਂ ਉਹ ਮੁੜ ਕੇ ਹੱਥ ਨਹੀਂ ਆਉਂਦਾ ਹੈਗਾ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਸਵਾਗਤ ਕਰਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਜੀ। ਅਤੇ ਅੱਜ ਜੀ ਫਿਰ ਉਹੀ ਆਪਾਂ ਖੇਤ ਆਏ ਹੋਇਆਂਗੇ, ਅਤੇ ਜੀ ਅੱਜ ਆਪਾਂ ਨੇ ਲਾਉਣਾ ਗਾ ਝੋਨਾ, ਅਤੇ ਫਿਰ ਆਪਾਂ ਨੇ ਜਾਣਾ ਲਹਿਰੇ ਵੀ ਜਾ ਕੇ ਆਉਣਾ ਗਾ, ਕੰਮ ਹੈਗਾ, ਅਤੇ ਇਹਨਾਂ ਬਈਆਂ ਦਾ ਰਾਸ਼ਨ ਲੈ ਕੇ ਆਉਣਾ ਗਾ। ਅਤੇ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ, ਅਤੇ ਹੁਣ ਆਪਾਂ ਇੱਥੇ ਹੀ ਕਰਦੇ ਬਲੌਗ ਦੀ ਸਟਾਰਟਿੰਗ, ਅਤੇ ਜੀ ਅੱਗੇ ਫਿਰ ਤੁਹਾਨੂੰ ਮਿਲਾਂਗੇ। ਆ ਗਏ ਚੱਕੀ ਜੀ, ਅਤੇ ਇਹ ਲੈ ਕੇ ਬਈ ਵਾਲੀ ਜੀ ਜੀ ਉਹਨਾਂ ਨੂੰ ਦੇਣੀ ਆ ਕਢਾ ਕੇ ਇੱਥੋਂ। ਲਹਿਰੇ ਦੀ ਦੁਕਾਨ ਆ ਜੀ ਇਹ, ਸਾਰੇ ਕੀ ਦੁਕਾਨਦਾਰ ਜ਼ਿਆਦਾਤਰ ਉਰੀ ਲੈ ਕੇ ਆਉਂਦੇ ਨੇ ਥੋਕ ਦਾ ਸਮਾਨ ਹੈਗਾ ਸਾਰਾ ਇਹ। ਆਹ ਬਾਈ ਕੰਮ ਕਰਦਾ, ਕਿਉਂ ਕੀ ਹਾਲ ਨੇ? ਤੁਸੀਂ ਨਹੀਂ ਟਰੈਕਟਰ ਦੀ ਆਵਾਜ਼ ਸੁਣ ਰਹੀ ਹੋਊਗੀ, ਅਤੇ ਇਹ ਲੈ ਕੇ ਆਪਾਂ ਖੇਤ ਆਏ ਸੀਗੇ, ਅਤੇ ਖੇਤ ਆਏ ਸੀਗੇ ਹਲ ਪਾਉਣ, ਹਲ ਆਪਾਂ ਨੇ ਪਾ ਲਏ, ਅਤੇ ਇਹ ਆਪਾਂ ਇੱਧਰ ਇਹ ਦੂਜੇ ਪਾਸੇ ਖੇਤ ਉੱਧਰ ਆਏ ਸੀਗੇ। ਹੁਣ ਜਿੱਥੇ ਜੀਰੀ ਲੱਗ ਰਹੀ ਆ ਉੱਥੇ ਚੱਲ ਦਿਆਂਗੇ, ਅਤੇ ਦੁਬਾਰਾ ਤੋਂ ਫਿਰ ਉੱਥੇ ਚਲੋ ਜੀ, ਤੁਹਾਨੂੰ ਲੈ ਕੇ ਚੱਲੀ ਆਇਓ। ਚੱਲੀਏ ਫਿਰ ਅਤੇ ਆਪਣੇ ਨਾਲ ਆ ਲਾਡੀ, ਲਾਡੀ ਹੋਇਆ ਹੈਗਾ ਬੱਬੂ, ਬੱਬੂ ਨਾਲ ਤੁਹਾਨੂੰ ਫੇਰ ਮਿਲਾਵਾਂਗੇ, ਉਹ ਜੇ ਕਿਤੇ ਗਿਆ ਹੋਇਆ ਹੈਗਾ। ਪਹਿਲਾਂ ਵੀ ਪਿਛਲੇ ਬਲੌਕ 'ਚ ਮੈਂ ਟਟੀਰੀ ਦੇ ਬੱਚੇ ਦਿਖਾਏ ਸੀਗੇ, ਅਤੇ ਇਹ ਬਲੌਕ 'ਚ ਤੁਹਾਨੂੰ ਉਹਦੇ ਆਂਡੇ ਦਿਖਾਉਣਾ ਗਾ, ਅਤੇ ਇੱਥੇ ਖੇਤ ਪਏ ਨੇਗੇ, ਆਹ ਦੇਖੋ ਜੀ ਆਹ ਪਏ ਨੇ ਉਹਦੇ ਆਂਡੇ, ਅਤੇ ਵਾਹਣ ਪਰਾਂ ਦੀ ਵਾਹੀ ਜਾਂਦੇ ਹੈਗੇ, ਅਤੇ ਇਹਦੇ ਲਵੋ ਅਸੀਂ ਨੇ ਛੱਡਤਾ ਕਿ ਇਹ ਕਿਤੇ ਆਂਡੇ ਨਾ ਦੇ ਉਹ ਕਿ ਫੁੱਟੇ ਜਾਣ। ਵੀਡੀਓ ਬਣਾ ਰਿਹਾ ਤੁਹਾਡੀ? ਨਾ ਯੂਟਿਊਬ ਤੇ ਪਾਵਾਂਗੇ। ਹਾਂ ਦੇਖ, ਕਹਿੰਦਾ ਕਹਿੰਦਾ ਸੋਹਣਾ ਲੱਗੂਗਾ ਵੀਡੀਓ ਬਣਾਉਣ ਵਾਸਤੇ, ਕਹਿੰਦਾ ਦੇਖ ਸੈੱਟ ਹੋ ਜਾ, ਐ ਨੇ ਤਾਂ ਕੱਪੇ ਨੇ ਗੇ। ਗਮ ਸਾਹਿਬ ਉਤਾਰ ਦੋ, ਕਹਿੰਦਾ ਵੀਡੀਓ ਬਣਾ ਰਿਹਾ ਯੂਟਿਊਬ ਤੇ ਪਾਊਗਾ। ਖੁਸ਼ ਨੇ ਪੂਰੇ, ਕੋਈ ਕਹਿੰਦੇ ਚੱਕਰ ਨਹੀਂ ਕਿ ਸਾਡੀ ਵੀਡੀਓ ਵਧੀਆ ਬਣਾ, ਅਤੇ ਭਾਈ ਯੂਟਿਊਬ 'ਤੇ ਕਹਿੰਦੇ ਜਿਹੜਾ ਆਪਾਂ ਬਈਆਂ ਵਾਸਤੇ ਰਾਸ਼ਨ ਲੈ ਕੇ ਆਏ ਸੀ, ਉਹ ਤੋਂ ਕੁਛ ਆਪਾਂ ਨੇ ਚੱਕ ਲਿਆ, ਬਾਕੀ ਘਰ ਰੱਖਤਾ ਸੀਗਾ, ਅਤੇ ਉਹਨਾਂ ਵਾਸਤੇ ਆਹ ਲੈ ਕੇ ਚੱਲਿਆਂਗੇ ਖੇਤ ਦੁਆਰ ਤੋਂ। ਹੁਣ ਮਾਮਾ ਚੱਲੂ ਮੇਰੇ ਨਾਲ ਖੇਤ, ਕਿਉਂ ਮਾਮਾ? ਅਤੇ ਜੀ ਉੱਧਰ ਵਾਹਣ ਵਾਹਿਆ ਸਾਰਾ, ਅਤੇ ਜੇ ਖੇਤ ਆ ਗਈ ਹੁਣ ਆਪਾਂ ਇਹ ਜਿਹੜੇ ਦੂਜੇ ਪਾਸੇ ਖੇਤ, ਅਤੇ ਇੱਥੇ ਮਾਮਾ ਕੱਦੂ ਕਰਨ ਲੱਗ ਰਿਹਾ ਹੈਗਾ, ਅਤੇ ਉੱਧਰੋਂ ਸਾਰੀ ਲੇਬਰ ਆ ਗਈ ਸੀਗੀ, ਅਤੇ ਉਹ ਵੀ ਹੁਣ ਇੱਧਰ ਆ ਗਏ, ਅਤੇ ਇੱਧਰ ਉਹ ਪੌਦ ਪੱਟਣ ਲੱਗ ਰਹੇ ਨੇ, ਅਤੇ ਇੱਕ ਇਹਨਾਂ ਦਾ ਲੰਗਰੀ ਹੈਗਾ, ਅਤੇ ਸਪੈਸ਼ਲ ਅੱਡ ਉਹ ਇਹਨਾਂ ਦਾ ਖਾਣਾ ਦਾਣਾ ਦਾ ਤਿਆਰ ਕਰ ਰਿਹਾ ਸਿਸਟਮ ਸਾਰਾ, ਅੱਗ ਮਚਾ ਰੱਖੀ ਆ। ਉੱਧਰ ਦੇਖੋ ਤੂੰ ਆਇਆ, ਉਹ ਦੇਖੋ ਜੀ ਉੱਥੇ, ਅਤੇ ਆਪਦਾ ਚੁੱਲ੍ਹਾ ਉਹਨਾਂ ਦਾ ਹੀ ਉੱਥੇ, ਅਤੇ ਅੱਗ ਮਚਾ ਰੱਖੀ ਉਹਨੇ, ਅਤੇ ਉਹਦੇ ਨਾਲ ਵੀ ਗੱਲ ਕਰਾਂਗੇ, ਦੇਖਾਂਗੇ ਕੀ ਬਣੂਗਾ ਹੈਗਾ, ਬਿਹਾਰ ਦਾ ਹੈਗਾ ਬੰਦਾ ਉਹ, ਅਤੇ ਅੱਜ ਵੀ ਉਹਦੇ ਨਾਲ ਵੀ ਗੱਲ ਕਰਦੇ, ਅਤੇ ਬਾਕੀ ਤੁਹਾਨੂੰ ਲੇਬਰ ਵਾਲੇ ਬੰਦੇ ਕੋਲ ਵੀ ਲੈ ਕੇ ਚੱਲ ਦੇਵਾਂਗੇ, ਭਲਾ ਹੁਣ ਉਹਨਾਂ ਨਾਲ ਤੁਹਾਨੂੰ। ਅਤੇ ਜੀ ਤੁਹਾਨੂੰ ਕਿਹਾ ਸੀ ਇਹਨਾਂ ਦੇ ਲਾਂਗਰੀ ਨਾਲ ਆਪਾਂ ਗੱਲ ਕਰ ਦਿਆਂਗੇ, ਆਹ ਖੜਿਆ ਆਪਣੇ ਨਾਲ ਬਾਈ ਲਾਂਗਰੀ ਇਹਨਾਂ ਦਾ। ਕਿਆ ਨਾਮ ਹੈ ਤੁਹਾਰਾ? ਰਾਜੂ। ਰਾਜੂ ਹੈ? ਹਾਂਜੀ। ਕਹਾਂ ਸੇ ਆਏ ਹੋ? ਬਿਹਾਰ ਸੇ। ਬਿਹਾਰ ਸੇ ਆਏ ਹੋ? ਹਾਂਜੀ। ਅੱਛਾ,
फिर यहाँ किसके पास ठहरे हो? जसी सरदार के पास। जसी सरदार के पास। अच्छा लग रहा है पंजाब में? अच्छा लग रहा है। अच्छा यहाँ के मौसम ठीक है? बढ़िया बढ़िया है। कोठे च रहते ने भाई इतने, इन्हों का कोठा है देखिए, हमारा बंदा काम कर रहा है दिखा दीजिए। हाँ उधर उन्होंने पौधा वाले को लेके जावे, इन्हों का बंदे काम कर रहा है। ये देखे ये नहीं काम कर रहा, क्या लैंगरी हैगा यदि ड्यूटी इन्हों हैगी पतीलिया इन्ना चे खाना दाना बना की बना की बना रहे हूँ इतने? चावल बनाएंगे, दाल बनाएंगे, सब्जी बनाएंगे। चावल बनाएंगे? अच्छा चावल पसंद है तुमको? हाँ चावल पसंद है, दाल पसंद है, सब्जी पसंद है। अच्छा सब कुछ बना लेते हो? अच्छा बना लेते हो। इनको पसंद आता है दूसरे तुम्हारे लोग? आता है। अच्छा बढ़िया है, चलो चुले बना रखे भाई इन्होंने पक्के इतने, क्यों बढ़िया है दिन ला के जाने गे ते यार राजू ए फिर बना रहे हैं घंटी जी। ठीक है सारे बाई लेबर आले ने गे लेबर लग रही है पौध पट्टा लग रहे ने सारे इन्हां ना आपां होर भी कई गल्लां करदे आंगे देख दे ठीक आपां इन्हां नाल गल्लबात करदे सारे नाल ही ते सुड़ चो नंबरदार कौन है? अच्छा नंबरदार तुम्हारा दूसरे पिंड गया हुआ। अच्छा वह यहाँ पे नहीं कोई नंबरदार बनाया तुमने, कोई और जिम्मेदार बंदा कौन है? अच्छा मामा दिखा कहता कहते तेरी ऐनी चढ़ाई होनी जिन्हें चक तक मैनू नहीं ब्लॉग चलाता तेरे ब्लॉग देखियो चलता कि होगा त्या खड़ा मेरा मामा ये देख मामा अज तेन लै लिया ब्लॉग च देखा फिर कि चलूगा मामा कहता मेरा चार पांच मेरे कनी हरियाणा कनी हरियाणा कनी कहना हाँ ते देखा मामा कि ब्लॉग चलवाऊगा कहना मेरे लगे बहुत नंबर ने ग्रुप ने गे शेयर करके कर दिखा ये साडा सारों छोटा भाई है क्यों ठीक है ठीक है उची बोल तेन ब्लॉग च लेना हूं घर आके देखेगा देखता ना मेरे ब्लॉग है ले चढ़ जा हाथ इतो तो चढ़िया नहीं आता यार छोटा हजे नहीं तू तो किड्डा हो गया तेई कमेंटा च मैनू ऐ दसो कि वह सूरज छिपदा गा कि चढ़दा गा दसो जी सू कि लग रहा व्यू ये कि सूरज चढ़दा कि छिपदा गा हाँ तू दस दे अच्छा अच्छा फिर रात दे दूगा तेन पता है अच्छा घरे भग जाते होंगे सारे तेन पता है टेंपू लाता जी इत खड़ाता हूँ ये इतों जी सारी बहुत पट्टी हैगी आप झोना ला रहे हैं गे उधरले पासे लेके जावे अद्धी उतारती जी उरे उरे उतारा कि कल इधर भी लाने शुरू करती है वाहन तैयार करता क्या ला लग रहे ने अभी इतने आ मेरे सर छोटे मामा जी धक्का लवाता वे चलते चलते ने देख भाई ये लग रहा कटन दे इन्हों सारा राशन बनी उरी पैगा रहन दा इत्थे रख पा लिया तेल कड़ाहियां च तड़के छड़के लाउणगे हुण भाई देसी तड़के इत्थे रख ना भी रखता देसी तड़के ओह की कर लग रहा यार रोटी ते ओह करके रोटी ते गंडे रख के तू तेल पाई जांदा देसी चटनी परौंठे का चटनी बोलते हैं उसको अच्छा पाया बस हो गया वाह भी वाह भी चटनियां देखो फिर दिनों तैयार की जाए इंडियन टाइम नहीं लगता सारे ने हुए देखो
ਲਾਈਟਿੰਗ ਦੀ ਪ੍ਰੋਬਲਮ ਆ ਉਹ ਵੀਰੇ ਤੁਹਾਨੂੰ ਐਡਜਸਟ ਕਰਨਾ ਪਊ ਯਾਰ ਇਹੋ ਜਿਹੇ ਆਪਣੇ ਕੋਲ ਇੰਨੀਆਂ ਸੁਵਿਧਾਵਾਂ ਹੈ ਹੀ ਨਹੀਂ ਹੌਲੀ ਹੌਲੀ ਕਰਾਂਗੇ ਜਿਵੇਂ ਤੁਸੀਂ ਸਪੋਰਟ ਕਰਦੇ ਆਉਂਗੇ ਉਵੇਂ ਉਵੇਂ ਸਾਰਾ ਆਪਾਂ ਅਪਗ੍ਰੇਡ ਕਰਦੇ ਜਾਵਾਂਗੇ ਦੇਖ ਬਾਈ ਕਹਿੰਦੇ ਨੇ ਕਹਿੰਦੇ ਜਿਹੜਾ ਰੋਟੀ ਖਾਂਦਾ ਕਹਿੰਦਾ ਉਹਨੂੰ ਵਿੱਚ ਲੈ ਕੜਛੀ ਚੱਕੀ ਹੋਗਾ ਆਹ ਦੇਖ ਲਓ ਬਾਈ ਆਹ ਦੇਸੀ ਚਟਨੀ ਦਿਖਾ ਬਾਈ ਯਾਰ ਅੰਦਰ ਚਾਨਣਾ ਚਾਹ ਤੂੰ ਦੇਸੀ ਚਟਨੀ ਦਿਖਾ ਆਹ ਦੇਖੋ ਬਾਈ ਆਹ ਹੁਣ ਕੀ ਆ ਦੇਸੀ ਚਟਨੀ ਰੋਟੀ ਉੱਤੇ ਗੰਡੇ ਕੱਟ ਕੇ ਰੱਖ ਕੇ ਉੱਤੇ ਤੇਲ ਪਾ ਲਿਆ ਇਹ ਬਾਈ ਇਹਨੂੰ ਦੇਸੀ ਚਟਨੀ ਕਹਿੰਦੇ ਕਹਿੰਦੇ ਐਂ ਵੀ ਖਾ ਸਕਦੇ ਹਾਂ ਵੀ ਸਰੋਂ ਦਾ ਦਿਲ ਪਾਇਆ ਹੈਗਾ ਅਤੇ ਆਹ ਉਹ ਬਾਈ ਹੈਗਾ ਅਤੇ ਦੇਖੋ ਇਹ ਇਹਨਾਂ ਦੀ ਦੇਸੀ ਚਟਨੀ ਉੱਥੇ ਇਹ ਖਾਂਦੇ ਹੁੰਦੇ ਅਤੇ ਅੱਜ ਦਾ ਦਿਨ ਹੀ ਬਸ ਐਂ ਲੰਘ ਗਿਆ ਅਤੇ ਉੱਥੇ ਲਹਿਰੇ ਜਾਏ ਜੋ ਤੋਂ ਸਮਾਨ ਜਾ ਲਿਆ ਤਾ ਅਤੇ ਹੋਰ ਬਸ ਐਂ ਕੰਮ ਕਰਿਆ ਚ ਲੰਘ ਗਿਆ ਅਤੇ ਆਪਾਂ ਇਹ ਠੀਕ ਕਰਦੇ ਹਾਂ ਅਤੇ ਹੁਣ ਮੈਂ ਰਾਤ ਹੋ ਗਈ ਅਤੇ ਹੁਣ ਮੈਂ ਲਾਸਟ ਕਰ ਰਿਹਾ ਬਲੌਗ ਦਾ ਅਤੇ ਖੇਤੋਂ ਲੇਟ ਆਏ ਸੀਗੇ ਅਤੇ ਹਨੇਰਾ ਹੋ ਗਿਆ ਸੀ ਤਾਂ ਹੀ ਆਉਂਦੇ ਆਉਂਦੇ ਹੁਣ ਰਾਤ ਹੋ ਗਈ ਤਾਂ ਅਸੀਂ ਬਲੌਗ ਹੁਣ ਲਾਈਟਿੰਗ ਦੀ ਪ੍ਰੋਬਲਮ ਆ ਰਹੀ ਥੋੜ੍ਹੀ ਜਿਹੀ ਕਿ ਤੁਹਾਨੂੰ ਪਿੱਛੋਂ ਇਹ ਕਾਲੀ ਜਿਹੀ ਜਿਹਾ ਹੋ ਰਿਹਾ ਕਿ ਖਰਾਬ ਜਿਹਾ ਦਿਖੂਗਾ ਅਤੇ ਜੀ ਆਪਾਂ ਇਹ 'ਚ ਹੀ ਕਰਦੇ ਬਲੌਗ ਦਾ ਐਂਡੀ ਅਤੇ ਮਿਲਦੇ ਅਗਲੇ ਬਲੌਗ ਦੇ ਵਿੱਚ ਹੀ ਅਤੇ ਜਾਂਦੇ ਜਾਂਦੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਕਰ ਦਿਓ ਸ਼ੇਅਰ ਅਤੇ ਬਾਈ ਇਹ 'ਚ ਹੀ ਕਰਦੇ ਬਲੌਗ ਦਾ ਐਂਡੀ ਅਤੇ ਰਾਮ ਸਿੱਧੂ ਵੱਲੋਂ ਪਿਆਰ ਭੇਜਿਆ